ਸ਼ਸ਼ੀਕਾਲ ਬੱਚਿਓ ਅੱਜ ਆਪਾਂ ਹੱਲ ਕਰਾਂਗੇ ਮੈਥ ਦਾ ਫਾਈਨਲ ਪੈਸ ਜੋ 8ਵੀਂ ਜਮਾਤ ਲਈ ਹੋਇਆ ਸੀ 12 ਤਰੀਕ ਵਾਲਾ ਆਪਾਂ ਇਹਦੇ ਸਹੀ ਉੱਤਰ ਜਾਣਾਂਗੇ ਬੇਟਾ ਇਹਦੇ ਸਹੀ ਉੱਤਰ ਕੀ ਆਉਣਗੇ ਤੁਸੀਂ ਆਪਣਾ ਮਿਲਾਨ ਕਰਨਾ ਮੈਨੂੰ ਉਮੀਦ ਆ ਤੁਹਾਡਾ ਇਹ ਪੇਪਰ ਬਹੁਤ ਵਧੀਆ ਹੋਇਆ ਹੋਏਗਾ ਸਟਾਰਟ ਕਰਦੇ ਹਾਂ ਬੇਟਾ ਫਰਸਟ ਕੁਐਸਚਨ ਤੋਂ ਖਾਲੀ ਥਾਂ ਭਰੋ ਫਿਲਿੰਗ ਦੀ ਬਲੈਂਕਸ ਖਾਲੀ ਥਾਂ ਭਰਨੀ ਸੀ ਆਪਾਂ -19/29 =1 ਤਾਂ ਕੀ ਆਉਣਾ ਸੀ ਇਹਦੀ ਥਾਂ ਤੇ ਡੈਸ਼ ਆਪਾਂ ਖਾਲੀ ਥਾਂ ਚ ਕੀ ਭਰਨਾ ਸੀ ਮਤਲਬ ਆਪਾਂ ਗੁਣਾ ਕਰਨੀ ਸੀ ਵੀ ਇਹ ਕੀ ਹੋ ਜੇ 1 ਹੋ ਜੇ ਕੀ ਕਿਸ ਦੇ ਨਾਲ ਗੁਣਾ ਕਰਾਂਗੇ ਇਹਦੇ ਗੁਣਾਤਮਕ ਉਲਟ ਨਾਲ ਗੁਣਾ ਕਰਾਂਗੇ ਮਤਲਬ ਆਪਾਂ 29/19 ਨਾਲ ਗੁਣਾ ਕਰਨੀ ਸੀ ਤਾ ਫਿਰ 19 ਨੂੰ 19 ਕੱਟਿਆ ਜਾਂਦਾ 29 ਨੂੰ 29 ਮਾਈਨਸ ਮਾਈਨਸ ਪਲੱਸ ਹੋ ਜਾਏਗਾ ਪਲੱਸ ਦਾ 1 ਆਪਣੇ ਕੋਲੇ ਆਨਸਰ ਆ ਜਾਣਾ ਸੀ ਤਾਂ ਇਸ ਲਈ 3rd ਆਪਸ਼ਨ ਸਹੀ ਬੰਨੀ ਸੀ ਦੂਜਾ ਕੁਐਸਚਨ ਨਿਮਨ ਵਿੱਚੋਂ 4 ਅਤੇ 8 ਦੇ ਵਿਚਕਾਰ ਕਿਹੜੀ ਪਰਮੇਸ਼ ਸੰਖਿਆ ਹੈ ਵਿਚ ਆਫ ਦਾ ਫੋਲੋਇੰਗ ਇਜ਼ ਅ ਰੈਸ਼ੀਨਲ ਨੰਬਰ ਬੀਟਵੀਨ 4 ਐਂਡ 8 ਕਿਹੜੀ ਹੈ ਵੀ ਇਹਦਾ ਬਹੁਤ ਸੌਖਾ ਸੀ 6 ਹੈ ਚੈੱਕ ਆਪਸ਼ਨ ਸਹੀ ਬੰਨੀ ਸੀ ਅਗਲਾ ਕੁਐਸਚਨ ਇਹ ਲਿਖਿਆ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 2 ਅਤੇ 3 ਦੋਵਾਂ ਨਾਲ ਭਾਜਯੋਗ ਹੈ ਵਿਚ ਆਫ ਦਾ ਫੋਲੋਇੰਗ ਨੰਬਰਸ ਇਸ ਡਿਵੀਜ਼ੀਬਲ ਬਾਈ ਬੋਥ 2 ਐਂਡ 3 ਕਿਹੜਾ ਜੀ 24 ਹੈ 24 ਦੋ ਤੇ ਵੀ ਵੰਡੀ ਜਾਂਦੀ ਹੈ 24 ਤਿੰਨ ਤੇ ਵੀ ਵੰਡੀ ਜਾਂਦੀ ਹੈ ਜਿਹੜੀ ਫਸਟ ਆਪਸ਼ਨ ਦਿੱਤੀ ਹੈ 21 ਉਹ ਤਿੰਨ ਦੇ ਵੰਡਿਆ ਜਾਂਦਾ ਦੋ ਤੇ ਨਹੀਂ ਵੰਡਿਆ ਜਾਂਦਾ 15 ਵੀ ਤਿੰਨ ਤੇ ਵੰਡਿਆ ਜਾਂਦਾ ਦੋ ਤੇ ਨਹੀਂ ਵੰਡਿਆ ਜਾਂਦਾ 20 ਆ ਜਿਹੜਾ ਦੋ ਤੇ ਵੰਡਿਆ ਜਾਂਦਾ ਪਰ ਤਿੰਨ ਤੇ ਨਹੀਂ ਵੰਡਿਆ ਜਾਂਦਾ ਜਿਹੜੀ ਦੋਵਾਂ ਦੇ ਵੰਡੀ ਜਾਂਦੀ ਹੈ ਉਹ ਕਿਹੜੀ 24 ਹੈ A ਦਾ ਮੁੱਲ ਦੱਸੋ ਇੱਥੇ ਆਪਾਂ A ਦਾ ਮੁੱਲ ਸਨ ਫਾਈਂਡ ਦਾ ਵੈਲਿਊ ਆਫ A ਮਤਲਬ ਜਿੱਥੇ A ਲਿਖਿਆ ਉੱਥੇ ਕਿਹੜਾ ਅੱਖਰ ਆਏਗਾ ਜੋੜ ਕਰਨਾ ਤੁਸੀਂ ਭਰ ਕੇ ਵੇਖ ਸਕਦੇ ਸੀ ਇੱਥੇ ਵੀ 33 ਚ 25 ਜੋੜ ਕੇ 58 ਬਣਦਾ 35 ਚ 25 ਜੋੜ ਕੇ 60 ਬਣਦਾ 37 ਚ 25 ਜੋੜ ਕੇ 62 ਬਣਦਾ ਤਾਂ ਕੀ ਆਉਣਾ ਸੀ ਇੱਥੇ 7 ਆਉਣਾ ਸੀ ਜੇ ਆਪਾਂ ਇੱਥੇ 7 ਭਰ ਦਾਂਗੇ 7 ਤੇ 5 12 2 ਆ ਗਿਆ ਨਾ 1깔 ਲੱਗਿਆ ਸੀ ਅੱਗੇ ਫਿਰ 3 ਤੋਂ 5 ਤੱਕ 6 ਤਾਂ ਇਸ ਕੁਐਸਚਨ ਦੇ ਲਈ ਸਹੀ ਆਪਸ਼ਨ 77 ਅਗਲਾ ਕੁਐਸਚਨ ਦਿੱਤੇ ਚਿੱਤਰ ਵਿੱਚ x ਦਾ ਮਾਪ ਪਤਾ ਕਰੋ ਫਾਈਂਡ ਦਾ ਵੈਲਿਊ ਆਫ x ਇਨ ਦਾ ਗਿਵਨ ਫਿਗਰ ਕੀ ਹੈ ਫਿਗਰ ਕਾਦੀ ਬਣੀ ਹੋਈ ਹੈ ਜੀ ਕਾਦੀ ਬਣੀ ਹੈ ਬੇਟਾ ਇਹ ਚਤਰਪੁਜ ਬਣੀ ਹੋਈ ਆ ਚਤਰਪੁਜ ਦੇ ਤਿੰਨ ਕੋਣ ਆਪਾਂ ਦਿੱਤੇ ਆ ਤੀਜਾ ਆਪਾਂ ਚੌਥਾ ਆਪਾਂ ਪਤਾ ਕਰਨਾ ਚਤਰਪੁਜ ਦੇ ਚਾਰੇ ਕੋਣਾਂ ਦਾ ਜੋੜ 360 ਹੁੰਦਾ ਆ ਆਪਾਂ ਨੂੰ ਪਤਾ ਹੈ ਤਾਂ ਆਪਾਂ ਤਿੰਨ ਕੋਣਾਂ ਦਾ ਜੋੜ ਦੇਖ ਲੈਨੇ ਆ 50 130 180 180 120 300 ਤਾਂ ਤਿੰਨ ਕੋਣਾਂ ਦਾ ਜੋੜ 300 ਆ ਗਿਆ 300 ਤਿੰਨ ਕੋਣਾਂ ਦਾ ਜੋੜ 300 ਆ ਗਿਆ ਤਾਂ ਚੌਥਾ ਕੋਣ ਕਿੰਨੇ ਡਿਗਰੀ ਦਾ ਹੋਊਗਾ 60 ਡਿਗਰੀ ਦਾ ਹੀ ਹੋਏਗਾ ਨਾ ਕਿਉਂਕਿ ਚਾਰੇ ਗੁਣਾਂ ਦਾ ਜੋੜ 360 ਚਾਹੀਦਾ ਆਪਾਂ ਨੂੰ ਤਾਂ ਇਹਦੇ ਲਈ ਸਹੀ ਆਪਸ਼ਨ ਕਿਹੜੀ ਹੋਣੀ ਸੀ ਦੂਜੀ ਹੋਣੀ ਸੀ ਕੁਐਸਚਨ ਨੰਬਰ 6 12 ਅਤੇ 13 ਦੇ ਵਰਗਾਂ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ ਹਾਊ many ਨੈਚੁਰਲ ਨੰਬਰਸ ਲਾਈ ਬੀਟਵੀਨ ਦ ਸਕੁਅਰ ਆਫ 12 ਐਂਡ 13 ਇਹ ਸੌਖੀ ਸੀ ਆਪਣੇ ਕੋਲੇ ਫਾਰਮੂਲਾ ਵੀ ਹੁੰਦਾ ਇਹਨੂੰ ਕੱਢਣ ਲਈ ਵੀ ਜਦੋਂ ਅਸੀਂ n ਅਤੇ n+1 ਦੇ ਵਰਗਾਂ ਦੇ ਵਿਚਕਾਰ ਸੰਖਿਆਵਾਂ ਪਤਾ ਕਰਨੀਆਂ ਤਾਂ ਉਹ ਸੰਖਿਆਵਾਂ ਦੀ ਗਿਣਤੀ ਹੈ ਜਿਹੜੀ ਉਹ 2n ਹੋਏਗੀ 2n ਹੋਏਗੀ ਹੁਣ ਆਪਣੇ ਕੋਲੇ n ਕਿੰਨਾ ਇੱਥੇ 12 n+1 13 ਹੈ ਤਾਂ 2 12 ਹੋਏਗੀ ਮਤਲਬ 2 12 ਜਾਂ ਆਪਾਂ ਕਹੀਏ ਕਿੰਨੀ ਹੋਏਗੀ 24 ਹੋਏਗੀ ਕਿਹੜੀ ਆਪਸ਼ਨ ਹੋਊਗੀ ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣਨੀ ਸੀ ਅਗਲਾ ਕੁਐਸਚਨ ਜੇਕਰ ਇੱਕ ਆਇਤ ਆਇਤਾਕਾਰ ਮਾਰਬਲ ਦੇ ਟੁਕੜੇ ਦੀ ਲੰਬਾਈ 3x ਇਕਾਈਆਂ ਅਤੇ ਚੌੜਾਈ 5y ਇਕਾਈਆਂ ਹੋਵੇ ਤਾਂ ਇਸ ਦਾ ਖੇਤਰਫਲ ਕਿੰਨਾ ਹੋਏਗਾ ਇਫ ਦਾ ਲੈਂਥ ਆਫ ਅ ਰੈਕਟੈਂਗੂਲਰ ਪੀਸ ਆਫ ਮਾਰਬਲ 3x ਯੂਨਿਟਸ ਐਂਡ ਵਿਡਥ ਇਜ਼ 5y ਯੂਨਿਟਸ ਫਾਈਂਡ ਦੈਨ ਫਾਈਂਡ ਇਟਸ ਏਰੀਆ ਏਰੀਆ ਜਾਂ ਖੇਤਰਫਲ ਕਿ ਦੇ ਬਰਾਬਰ ਹੁੰਦਾ ਆਇਤ ਦਾ ਲੰਬਾਈ ਗੁਣਾ ਚੌੜਾਈ ਲੰਬਾਈ ਆਪਾਂ ਨੂੰ 3x ਦਿੱਤੀ ਹੋਈ ਹੈ ਚੌੜਾਈ ਆਪਾਂ ਨੂੰ 5y ਦਿੱਤੀ ਹੈ ਗੁਣਾ ਕਰਨੀ ਸੀ 3 ਉਪਨਿਗਰ ਰੋਪਲ ਨੂੰ 15 ਬਣ ਜੇਗਾ xy ਤਾਂ ਨਾਲ ਹੀ ਲੱਗ ਜਾਣੇ ਆ ਤਾਂ ਇਹਦੇ ਲਈ ਸਹੀ অপਸ਼ਨ ਬਣਨੀ ਸੀ 15 xy ਸੈਕਿੰਡ অপਸ਼ਨ ਇਹ ਰਹਾ ਦਿੱਤਾ ਚਿੱਤਰ ਗੌਨਸ ਇੱਕ ਸਮਾਂਤਰ ਚਤੁਰਪੁਜ ਹੈ x ਅਤੇ y ਪਤਾ ਕਰੋ ਲੰਬਾਈ ਸੈਂਟੀਮੀਟਰ ਵਿੱਚ ਹੈ 기ਵਨ ਫਿਗਰ ਗੌਨਸ ਆ ਪੈਰਲੋਗ੍ਰਾਮ ਫਾਈਂਡ x ਐਂਡ y ਲੈਂਥਸ ਆਇਨ ਸੈਂਟੀਮੀਟਰ x ਤੇ y ਆਪਾਂ ਕੱਢਣਾ ਹੈ ਇਹ ਸਮਾਂਤਰ ਚਤੁਰਭੁਜ ਹੈ ਜੇ ਸਮਾਂਤਰ ਚਤੁਰਭੁਜ ਆ ਤਾਂ ਇਹਦੀ ਆਮੋ ਸਾਹਮਣੇ ਨਹੀਂ ਭੁਜਾਵਾਂ ਬਰਾਬਰ ਹੋਣੀਆਂ ਬਰਾਬਰ ਕਰ ਦੋ 3x 18 ਹੋਏਗਾ ਤਾਂ x 18 3 ਹੋਏਗਾ ਕੱਟ ਦਾਂਗੇ ਤਾਂ ਇਹਨੂੰ ਆਪਣੇ ਕੋਲ ਕਿੰਨਾ ਹੋਏਗਾ ਵੀ 6 x ਦੀ ਵੈਲਿਊ ਤਾਂ 6 ਹੋਏਗੀ ਯਾਦ ਰੱਖਣੀ ਹੈ x ਦੀ ਵੈਲਿਊ 6 ਹੋਏਗੀ ਐਵੇਂ ਹੀ ਆਪਾਂ ਦੂਜੀ ਭੁਜਾਵਾਂ ਵੀ ਬਰਾਬਰ ਕਰ ਦਾਂਗੇ 3y 1 26 ਹੋਏਗਾ 3y ਕਿਹਦੇ ਹੋ ਜਾਏਗਾ 27 ਦੇ ਕਿਉਂਕਿ ਜਿਹੜਾ ਇੱਕ ਇੱਧਰ ਮਾਈਨਸ ਆ ਉਧਰ ਜਾ ਕੇ ਪਲੱਸ ਦਾ ਹੋ ਜਾਏਗਾ ਤਾਂ y 27 3 y 3 ਕਿੰਨਾ ਹੋ ਜਾਊਗਾ 9 ਤਾਂ y 9 ਹੋ ਜੂਗੀ ਤੇ x ਕਿੰਨਾ ਹੋ ਜਾਏਗਾ 6 ਹੋ ਜਾਏਗਾ x 6 y 9 ਤੀਜੀ অপਸ਼ਨ ਇਹਦੇ ਲਈ ਸਹੀ ਹੋਣੀ ਸੀ ਮੁੱਲ ਪਤਾ ਕਰੋ 6x ਦੀ ਘਾਤ 2 -2x 3x ਦੀ ਘਾਤ 3 ਫਾਈਂਡ ਦਾ ਵੈਲਿਊ ਆਫ 6x ਸਕੁਅਰ -2x 3x 3 ਮੁੱਲ ਪਤਾ ਕਰਨਾ ਆਪਾਂ ਨੇ ਸਿੰਪਲ ਕੁਐਸਚਨ ਹੈ ਕਰ ਦੋ ਪਹਿਲਾਂ ਜਿਹੜੇ ਇਹਦੇ ਅਗਲੇ ਨੇ ਕਨਸਟੈਂਟਸ ਨੇ ਉਹਨਾਂ ਦਾ ਮਲਟੀਪਲਾਈ ਕਰ ਲੋ 6 2 12 3 36 ਦਾ 36 उसक्स वाले मल्टीप्लाई एक्स स्केयर एक्स एक्स क्यू कि हो गई एक्सा कि हो गई जी छे हो गई माइनस थर्टी सिक्स एक्स डे टू कवर सिक्स और मैनस छत्ती एक्स की घात छे यही सही बनना सी कि ऑप्शन है वो चौथी ऑप्शन ये सही बननी सी अगला क्वेश्चन ਬਿੰਦੂ A ਦੇ ਨਿਰਦੇਸ਼ ਅੰਕ ਪਤਾ ਕਰੋ ਫਾਈਂਡ ਦਾ ਕੋਆਰਡੀਨੇਟਸ ਆਫ A ਜੇ ਆਪਾਂ ਕਿਸੇ ਬਿੰਦੂ ਦੇ ਕੋਆਰਡੀਨੇਟਸ ਕੱਢਣੇ ਹੋਣ ਤਾਂ ਉਹਦੇ ਕੋਆਰਡੀਨੇਟ X Y ਟਾਈਪ ਦੇ ਹੁੰਦੇ ਨੇ ਪਹਿਲਾਂ ਆਪਾਂ X ਵਾਲਾ ਲਿਖਣਾ ਹੁੰਦਾ ਬਾਅਦ ਚ Y ਵਾਲਾ ਤਾਂ ਆਪਾਂ A ਲਈ ਦੇਖਦੇ ਆਂ ਬੇਟਾ ਦੇਖੋ A ਲਈ ਇਹ ਪੁਆਇੰਟ ਆਪਣੇ ਕੋਲ ਇਹ ਪਿਆ X ਵਾਲੇ ਪਾਸੇ ਇਹ ਕਿ ਕਿੰਨੇ ਤੇ ਜਾ ਰਿਹਾ 4 ਤੇ ਤੇ Y ਵਾਲੇ ਪਾਸੇ ਇਹ ਕਿੰਨੇ ਤੇ ਜਾ ਰਿਹਾ 5 ਤੇ ਤਾਂ ਇਹਦੇ ਦੇਸ਼ ਅੰਕ ਕੀ ਹੋਣਗੇ ਕੋਆਰਡੀਨੇਟਸ ਕੀ ਹੋਣਗੇ x 4 ਹੋਊਗਾ y 5 ਆਊਗਾ ਜਾਂ ਆਪਾਂ ਬੋਲਾਂਗੇ 4 5 ਜਿਹੜੀ ਆਪਸ਼ਨ ਆਏਗੀ ਲਾਸਟ ਆਪਸ਼ਨ ਇਹਦੇ ਲਈ ਆਏਗੀ ਦਿੱਤੇ ਚਿੱਤਰ ਵਿੱਚੋਂ ਇੱਕ ਲਾਲ ਸੇਬ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ ਫਾਈਂਡ ਦਾ ਪ੍ਰੋਬੈਬਿਲਟੀ ਆਫ ਗੇਟਿੰਗ ਵਨ ਰੈਡ ਐਪਲ ਫ্রম ਦਾ 기ਵਨ ਫਿਗਰ ਸੰਭਾਵਨਾ ਪਤਾ ਕਰਨੀ ਹੈ ਪ੍ਰੋਬੈਬਿਲਟੀ ਪਤਾ ਕਰਨੀ ਹੈ ਆਪਾਂ ਨੂੰ ਅਨੁਕੂਲ ਪ੍ਰਣਾਮ ਤੇ ਕੁੱਲ ਸੰਭਵ ਪ੍ਰਣਾਮ ਪਤਾ ਹੋਣਾ ਚਾਹੀਦਾ ਨੇ ਗੋਲਾ ਜਿਹੜੇ ਉਹ ਸੇਬ ਕਿੰਨੇ ਦੇਖ ਰਖਨੇ ਆਪਾਂ ਨੂੰ ਇਹਦੇ ਵਿੱਚ 7 ਤਾਂ ਨੀਚੇ ਆਵੇਗਾ 7 ਰੈੱਡ ਵਾਲੇ ਕਿੰਨੇ ਨੇ 1 2 3 4 4 ਨੇ ਨਾ ਤਾਂ ਸੰਭਾਵਨਾ ਆਪਣੇ ਕੋਲ ਕਿੰਨੀ ਆ ਜੇਗੀ 4/ 7 ਆ ਜੇਗੀ ਕਿਹੜੀ ਆਪਸ਼ਨ ਹੈ ਦੂਜੀ ਆਪਸ਼ਨ ਸਹੀ ਆਏਗੀ ਇਹਦੇ ਲਈ 5 ਭੁਜੀ ਬਹੁਭਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਬਾਡੀ ਦਾ ਸਮ ਆਫ ਐਕਸਟੀਰੀਅਰ ਐਂਗਲਸ ਆਫ ਅ ਪੈਂਟਾਗਨ ਕਿੰਨਾ ਹੁੰਦਾ ਜੀ 360 ਡਿਗਰੀ ਕੋਈ ਵੀ ਬਹੁਪੁਜ ਹੋਵੇ ਤਿਰਪੁਜ ਹੋਵੇ ਚਤਰਪੁਜ ਹੋਵੇ ਪੰਜਪੁਜ ਹੋਵੇ ਛੇਪੁਜ ਹੋਵੇ ਕਿੰਨੇ ਮਰਜੀ ਪੁਜ ਹੋਵੇ ਜਦੋਂ ਤੁਹਾਨੂੰ ਪੁੱਛਦੇ ਨੇ ਵੀ ਬਾਹਰੀ ਕੋਣਾਂ ਦਾ ਜੋੜ ਫਲ ਕਿੰਨਾ ਹੁੰਦਾ ਹੈ ਤਾਂ ਤੁਸੀਂ ਕੀ ਆਨਸਰ ਦੇਣਾ 360 ਡਿਗਰੀ ਕਿਸੇ ਵੀ ਬਹੁਪੁਜ ਦੇ ਬਾਹਰੀ ਕੋਣਾਂ ਦਾ ਜੋੜ ਫਲ 360 ਡਿਗਰੀ ਹੁੰਦਾ ਅਗਲਾ ਕੁਐਸਚਨ 5 ਸਾਲ ਪਹਿਲਾਂ ਰਾਜੂ ਦੀ ਉਮਰ ਕੀ ਸੀ ਜੇਕਰ ਉਸ ਦੀ ਵਰਤਮਾਨ ਉਮਰ x ਸਾਲ ਹੈ what was razu's age 5 years ago if he is x year old at present je koi hon main x ਦੀ ਥਾਂ ਤੇ ਕੁਝ ਵੈਲਿਊ ਪੁੱਟ ਕਰਕੇ ਦਿਖਾਉਣਾ ਤੁਹਾਨੂੰ ਮੰਨ ਲਓ ਕਿਸੇ ਦੀ ਉਮਰ ਹੁਣ 20 ਸਾਲ ਹੈ ਤਾਂ 5 ਸਾਲ ਪਹਿਲਾਂ ਕਿੰਨੀ ਹੋਏਗੀ 15 ਸਾਲ ਤਾਂ ਆਪਾਂ 20 ਦੇ ਵਿੱਚੋਂ 5 ਘਟਾਇਆ ਠੀਕ ਹੈ ਉਮੀ ਆਪਾਂ ਲਿਖਾਂਗੇ ਜੇ ਹੁਣ x ਹੈ ਤਾਂ 5 ਸਾਲ ਪਹਿਲਾਂ ਕਿੰਨੀ ਹੋ ਜਾਏਗੀ x 5 ਸਾਲ ਜਿਹੜੀ অপਸ਼ਨ ਆਏਗੀ ਸਹੀ ਦੂਜੀ অপਸ਼ਨ ਇਹਦੇ ਲਈ ਸਹੀ ਹੋਏਗੀ। ਅਗਲਾ ਕੁਐਸਚਨ 14 4x 2x, x, 4x 2x 18 ਤਾਂ x ਦਾ ਮੁੱਲ ਪਤਾ ਕਰੋ। ਫਾਈਂਡ ਦਾ ਵੈਲਿਊ ਆਫ x ਇਫ 4x 2x 18 ਤਾਂ ਇਸ ਨੂੰ ਆਪਾਂ ਹੱਲ ਕਰਦੇ ਹਾਂ ਸਮੀਕਰਨ ਨੂੰ 4x 2x 18 एक्स वाले एक पासे कर लो चार एक्स माइनस दो एक्स बराबर अठारह एक कि बन जाएगा दो एक्स दो एक्स बराबर अठारह बन जाएगा चार जो बनोंगे दो ना बन, एक्स बराबर कि बन जाएगा नौ बन जाएगा नौ ही बनेगा ना दो एक्स बराबर अठारह तो एक्स बराबर नौ आना सी कि ऑप्शन है तीजी ऑप्शन सही आनी सी अगला ਇੱਕ ਸੰਪੂਰਨ ਜੀ ਬਹੁਪੁਜ ਦੇ ਬਾਹਰੀ ਕੋਣ ਦਾ ਮਾਪ 45 ਡਿਗਰੀ ਹੈ ਭੁਜਾਵਾਂ ਦੀ ਸੰਖਿਆ ਪਤਾ ਕਰੋ ਫਾਈਂਡ ਦਾ ਨੰਬਰ ਆਫ ਸਾਈਡਸ ਆਫ ਅ ਰੈਗੂਲਰ ਪੋਲੀਗਨ ਹੁਜ ਈਚ ਐਕਸਟੀਰੀਅਰ ਐਂਗਲ ਹੈ ਮਾਇਰ ਆਫ 45 ਡਿਗਰੀ ਇਹ ਆਪਾਂ ਨੂੰ ਪਤਾ ਹੈ ਜੇ ਆਪਾਂ ਨੂੰ ਬਾਹਰੀ ਕੋਣ ਦਾ ਮਾਪ ਦਿੱਤਾ ਹੋਵੇ ਭੁਜਾਵਾਂ ਦੀ ਸੰਖਿਆ ਆਪਾਂ ਪਤਾ ਕਰਨੀ ਹੋਵੇ ਤਾਂ ਆਪਾਂ ਕਿਵੇਂ ਪਤਾ ਕਰਦੇ ਹੁੰਦੇ ਆ ਭੁਜਾਵਾਂ ਦੀ ਸੰਖਿਆ ਬਰਾਬਰ 360 ਡਿਗਰੀ ਵਟਾ ਹਰੇਕ ਬਾਹਰੀ ਕੋਣ ਦਾ ਮਾਪ ਆਪਾਂ ਕੀ ਕਰਨਾ ਹੈ 360 ਡਿਗਰੀ ਵਟਾ ਹਰੇਕ ਵਾਰੀ ਕੋਣ ਆਪਾਂ ਗਿਣਨਾ ਹੈ ਤਾਂ 45 ਡਿਗਰੀ ਦਾ ਮਾਪ ਭਾਗ ਕਰਨੀ ਹੈ ਸਿਰਫ ਕਿੰਨਾ ਬਣ ਜੇ ਭਾਗ ਕਰਕੇ 8 ਬਣ ਜੇਗਾ ਤਾਂ ਇਹਦੇ ਵਿੱਚ ਪੰਜਾਵਾਂ ਦੀ ਸੰਖਿਆ ਕਿੰਨੀ ਹੋਏਗੀ 8 ਹੋਏਗੀ ਪਹਿਲੀ অপਸ਼ਨ ਸਹੀ ਹੋਏਗੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਸੰਖਿਆ ਪੂਰਣ ਘਣ ਹੈ ਵਿਚ ਆਫ ਦਾ ਫੋਲੋਇੰਗ ਨੰਬਰ ਇਸ ਆ ਪਰਫੈਕਟ ਕਯੂਬ ਮਤਲਬ ਕਿਹੜੀ ਸੰਖਿਆ ਇੱਕ ਸੰਖਿਆ ਨੂੰ ਤਿੰਨ ਵਾਰ ਗੁਣਾ ਕਰਕੇ ਬਣੀਆ ਪੂਰਨ ਕਣ ਹੈ 10 ਜਿਹੜੀ ਉਹ ਪੂਰਨ ਵਰਗ ਹੈ 10 ਨੂੰ 10 ਨਾਲ ਗੁਣਾ ਕਰਕੇ ਬਣੀਆ 15 ਦਾ ਵਰਗ ਹੈ ਜਿਹੜਾ 225 ਹੁੰਦਾ ਹੈ ਇਹ ਵੀ ਇੱਕ ਪੂਰਨ ਵਰਗ ਸੰਖਿਆ ਹੈ ਪੂਰਨ ਕਣ ਸੰਖਿਆ ਕਿਹੜੀ ਹੈ 216 ਕਿਹਦਾ 6 ਦਾ ਇਹ 6 6 36 36 6 216 ਅਗਲੀ ਸਹੀ অপਸ਼ਨ ਕਿਹੜੀ ਹੋਣੀ ਸੀ ਤੀਜੀ 216 ਪੂਰਨ ਕਣ ਹੈ 3 ਦੀ ਘਾਤ -2 ਦਾ ਮੁੱਲ ਹੋਵੇਗਾ ਫਾਈਂਡ ਦਾ ਵੈਲਿਊ ਆਫ 3^-2 ਕਿੰਨਾ ਹੋਵੇਗਾ 3 ਦੀ ਘਾਤ -2 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ 1/3 ਦੀ ਘਾਤ 2 ਮਤਲਬ 1/3 3 ਮਤਲਬ 1/9 1/9 ਇਹਦੇ ਲਈ ਸਹੀ ਆਪਸ਼ਨ ਹੋਣੀ ਸੀ ਕਿਹੜੀ ਆਪਸ਼ਨ ਹੈ ਬੇਟਾ ਉਹ ਸੈਕੰਡ ਅਗਲਾ ਕੁਐਸਚਨ ਦਿੱਤੇ ਹੋਏ ਗ੍ਰਾਫ ਵਿੱਚ 20 ਤੋਂ ਵੱਧ ਅਤੇ 40 ਤੋਂ ਘੱਟ ਕਿਤਾਬਾਂ ਵਾਲੇ ਲੋਕਾਂ ਦੀ ਗਿਣਤੀ ਡੈਸ਼ ਹੈ ਇਨ ਦਾ ギਵਨ ਗ੍ਰਾਫ ਦਾ ਨੰਬਰ ਆਫ ਪੀਪਲ ਹੈਵਿੰਗ ਬੁਕਸ ਮੋਰ ਦੈਨ 20 ਐਂਡ ਲੈਸ ਦੈਨ 40 ਇਜ਼ ਡੈਸ਼ ਕਿਹੜੇ ਵੀ ਗ੍ਰਾਫ ਨੂੰ ਦੇਖੋ ਧਿਆਨ ਨਾਲ ਕਿੰਨੇ ਨੇ 20 ਤੋਂ ਲੈ ਕੇ 40 ਦੇ ਵਿੱਚ ਆਹਾ ਵਾਲਾ ਕਿਹੜੇ ਨੇ ਕਿੰਨੇ ਨੇ ਜੀ ਇਹ 14 ਨੇ 20 ਤੋਂ ਲੈ ਕੇ 40 20 ਤੋਂ ਵੱਧ ਤੇ 40 ਤੋਂ ਘੱਟ ਕਿੰਨੀ ਗਿਣਤੀ ਹੈ 14 ਦਾ ਤੇ ਇਹਦੇ ਲਈ ਸਹੀ ਆਪਸ਼ਨ 14 ਹੋਣੀ ਸੀ ਜਿਹੜੀ ਕਿ ਦੂਜੀ ਆਪਸ਼ਨ ਹੈ 19ਵਾਂ ਕੁਐਸਚਨ ਜੇਕਰ ਅੰਕਿਤ ਮੁੱਲ x ਤੇ 30% ਤੱਕ ਕਟੌਤੀ ਹੋਵੇਗੀ ਇਫ a ਪਰਸੈਂਟ ਇਦਰ ਡਿਸਕਾਊਂਟ ਪਰਸੈਂਟ ਔਨ ਆ ਮਾਰਕ ਪ੍ਰਾਈਸ x ਦੈਨ ਡਿਸਕਾਊਂਟ ਇਜ਼ ਤਾਂ ਇਹਦਾ ਕਟੌਤੀ ਪਰਸੈਂਟ ਵਾਲਾ ਫਾਰਮੂਲਾ ਲਾਵਾਂਗੇ ਫਿਰ ਆਪਣਾ ਕੁਐਸਚਨ ਹੱਲ ਹੋਏਗਾ ਕਟੌਤੀ ਪ੍ਰਤੀਸ਼ਤ ਮੈਂ ਕੀ ਨਾਲ ਲਿਖ ਰਿਹਾ ਕਟੌਤੀ ਪ੍ਰਤੀਸ਼ਤ ਨੂੰ ਇਕੁਅਲ ਟੂ ਕਟੌਤੀ ਵਟਾ ਅੰਕਿਤਮਲ a ਅੰਕਿਤਮਲ ਗੁਣਾ 100 ਦੇ ਬਰਾਬਰ ਹੁੰਦੀ ਹੈ ਹੁਣ ਆਪਾਂ ਨੇ ਕਟੌਤੀ a ਕੱਢਣੀ ਹੈ ਠੀਕ ਹੈ ਇਹੀ ਕੱਢਣੀ ਹੈ ਨਾ ਕਟੌਤੀ ਤਾਂ ਬਾਕੀ ਕੀ ਹੋਊਗਾ k ਕੀ ਦੇ ਬਰਾਬਰ ਹੋਊਗਾ k ਪ੍ਰਤੀਸ਼ਤ ਗੁਣਾ a ਵਟਾ 100 ਠੀਕ ਹੈ ਜੀ k ਪ੍ਰਤੀਸ਼ਤ ਆਪਾਂ ਨੂੰ ਕਿੰਨਾ ਦਿੱਤਾ a ਅੰਕਿਤਮਲ ਆਪਾਂ ਨੂੰ x ਦਿੱਤਾ ਹੈ ਵਟਾ 100 ਕਟੌਤੀ ਇਹਦੇ ਬਰਾਬਰ ਹੋਣੀ ਸੀ a గుణ x 100 ਇਹ ਕਿਹੜੀ অপਸ਼ਨ ਹੈ देखो a x 100 ਤੀਜੀ অপਸ਼ਨ ਇਹਦੇ ਲਈ ਸਹੀ 19th लास्ट ਕੁਐਸਚਨ ਦਿੱਤੇ ਆਇਤ ਦਾ ਖੇਤਰਫਲ ਪਤਾ ਕਰੋ ਫਾਈਂਡ ਦਾ ਏਰੀਆ ਆਫ ਦਾ 기ਵਨ ਰੈਕਟੈਂਗਲ ਕੀ ਹੁੰਦਾ ਹੈ ਦਾ ਖੇਤਰਫਲ ਲੰਬਾਈ ਚੜਾਈ ਲੰਬਾਈ ਆਪਾਂ ਨੂੰ ਇੱਥੇ a b ਦਿੱਤੀ ਹੋਈ ਹੈ ਚੜਾਈ ਆਪਾਂ ਨੂੰ a ਬੀਤੀਆ ਫਾਰਮੂਲਾ ਬਣ ਗਿਆ ਨਾ a b a b ਕਿਹਦੇ ਬਰਾਬਰ ਹੁੰਦਾ a² b² ਇਹ ਹੋਣੀ ਸੀ ਸਹੀ ਆਪਸ਼ਨ ਇਹਦੇ ਲਈ ਐ ਦਾ ਖੇਤਰਫਲ ਬਣਨਾ ਸੀ a² b² ਕਿਹੜੀ ਆਪਸ਼ਨ ਹੈ ਥਰਡ ਆਪਸ਼ਨ ਹੈ ਅਸੀ ਤੁਹਾਡਾ ਪਾਸ ਫਾਈਨਲ 8th ਕਲਾਸ ਲਈ ਉਮੀਦ ਆ ਤੁਹਾਡੇ ਸਾਰੇ ਕੁਐਸਚਨ ਸਹੀ ਹੋਣਗੇ ਧੰਨਵਾਦ